ਦੇ ਸਟੂਡੈਂਟਸ ਵੈਲਕਮ ਅਗੇਨ ਅੱਜ ਦੀ ਵੀਡੀਓ ਦੇ ਵਿੱਚ ਆਪਣਾ ਟਾਪਿਕ ਹੈ ਪ੍ਰਿੰਸੀਪਲਸ ਆਫ ਆਈਡੀਅਲਿਜ਼ਮ ਆਦਰਸ਼ਵਾਦ ਦੇ ਕਿਹੜੇ ਕਿਹੜੇ ਸਿਧਾਂਤ ਨੇ ਫਸਟ ਹੈ ਸਰਵ ਵਿਆਪੀ ਮਨ ਦਾ ਸਿਧਾਂਤ ਪ੍ਰਿੰਸੀਪਲ ਆਫ ਯੂਨੀਵਰਸਲ ਮਾਈਂਡ ਹੁਣ ਆਈਡੀਅਲਿਜ਼ਮ ਦੇ ਅਕੋਰਡਿੰਗ ਕੀ ਹੈ ਕਿ ਇੱਕ ਜਿਹੜਾ ਸਰਵ ਵਿਆਪੀ ਮਨ ਹੈ ਉਹ ਇੱਥੇ ਐਗਜ਼ਿਸਟ ਕਰਦਾ ਉਹਦੀ ਇੱਥੇ ਇਹਨਾਂ ਨੇ ਹੋਂਦ ਹੈ ਜਿਹੜੀ ਉਹ ਦੱਸੀ ਹੈ ਤੇ ਇਹ ਸਰਵ ਵਿਆਪੀ ਮਨ ਨੂੰ ਪਰਮਾਤਮਾ ਮੰਨਿਆ ਜਾਂਦਾ ਹੈ ਕਿ ਜਿਹੜਾ ਸਾਡਾ ਮਾਈਂਡ ਹੈ ਜੋ ਕੁਝ ਅਸੀਂ ਸੋਚਦੇ ਹਾਂ ਤੇ ਉਹਦੇ ਅਕੋਰਡਿੰਗ ਹੀ ਸਾਰਾ ਕੁਝ ਜਿਹੜਾ ਹੋ ਕ੍ਰੀਏਟ ਹੁੰਦਾ ਮਨੁੱਖੀ ਜੀਵਨ ਵਿਚਾਰ ਜਾਂ ਹੋਰ ਹਰ ਕਿਸੇ ਦਾ ਗਿਆਨ ਇਸੇ ਮਨ ਵਿੱਚੋਂ ਪੈਦਾ ਹੋਇਆ ਕੋਈ ਵੀ ਜਿਹੜੇ ਇਸ ਗੱਲ ਕਰਦੇ ਆ ਕੋਈ ਆਈਡੀਆਸ ਨੇ ਕੋਈ ਜੀਵਨ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਇਨਫੋਰਮੇਸ਼ਨ ਆ ਕੋਈ ਵੀ ਨੌਲੇਜ ਹੈ ਉਹ ਇਸੇ ਮਨ ਦੇ ਨਾਲ ਹੀ ਪੈਦਾ ਹੋਈ ਹੈ ਇਸ ਸੰਸਾਰ ਪਰਮਾਤਮਾ ਕੀ ਹੈ ਸਿਰਫ ਨਿਰਮਾਤਾ ਹੈ ਪਰਮਾਤਮਾ ਨੇ ਇਹ ਚੀਜ਼ ਨੂੰ ਬਣਾਇਆ ਤੇ ਬਾਕੀ ਸਾਰੇ ਨਿਰਮਤ ਹਨ ਨਿਰਮਤ मींस ਉਸ ਤੋਂ ਬਣੇ ਹਨ ਮਨੁੱਖੀ ਦਿਮਾਗ ਇਸ ਸਰਵਆਪੀ ਮਨ ਦਾ ਇੱਕ ਹਿੱਸਾ ਹੈ ਤੇ ਨਾਲ ਹੀ ਇਹ ਦੇ ਉੱਪਰ ਆਧਾਰਿਤ ਵੀ ਹੈ ਇਸ ਸੰਸਾਰ ਜਿਹੜਾ ਮਨੁੱਖਾ ਦਾ ਅੰਤਿਮ ਉਦੇਸ਼ ਕੀ ਹੈ ਵੀ ਪਰਮਾਤਮਾ ਦਾ ਅਹਿਸਾਸ ਹੋਣਾ ਚਾਹੀਦਾ ਉਹਨੂੰ ਤੇ ਮਨੁੱਖ ਆਪਣੇ ਹਰ ਕੰਮ ਦੇ ਵਿੱਚ ਪਰਮਾਤਮਾ ਦੇ ਆਸ਼ੀਰਵਾਦੀ ਉਡੀਕ ਕਰਦਾ ਮੈਂ ਦੇਖੋ ਸਾਡੇ ਮਾਈਂਡ ਦੇ ਵਿੱਚ ਆਉਂਦਾ ਜਦੋਂ ਅਸੀਂ ਕੋਈ ਵੀ ਕੰਮ ਸ਼ੁਰੂ ਕਰਦੇ ਆ ਤਾਂ ਅਸੀਂ ਆਪਣੇ ਪਰਮਾਤਮਾ ਨੂੰ ਧਿਆਉਂਦੇ ਆ ਉਹਨੂੰ ਯਾਦ ਕਰਦੇ ਆ ਕਿ ਸਾਡਾ ਜਿਹੜਾ ਕੰਮ ਹੈ ਉਹ ਵਧੀਆ ਤਰੀਕੇ ਨਾਲ ਸਕਸੈਸਫੁਲੀ ਕੰਪਲੀਟ ਹੋ ਜਾਵੇ ਨੈਕਸਟ ਹੈ ਵਾਸਤਵਿਕ ਗਿਆਨ ਦਿਮਾਗ ਵਿੱਚ ਪ੍ਰਾਪਤ ਹੁੰਦਾ ਹੈ ਰੀਅਲ ਨੋਲੇਜ ਇਸ ਪਰਸੀਵਡ ਇਨ ਮਾਈਂਡ ਹੁਣ ਆਈਡੀਅਲਿਜ਼ਮ ਦੇ ਇਸ ਸਿਧਾਂਤ ਅਕੋਰਡਿੰਗ ਕੀ ਹੈ ਵੀ ਇਸ ਤਰ੍ਹਾਂ ਨੇ ਸਾਰੀਆਂ ਐਕ ਜਿਹੜਾ ਸਾਡਾ ਮਾਈਂਡ ਹੈ ਉਹਦੀ ਕਲਾਕਾਰੀ ਸ਼ਾਮਿਲ ਹੁੰਦੀ ਹੈ ਉਹਦੇ ਰਾਹੀਂ ਪ੍ਰਾਪਤ ਕੀਤਾ ਜਿਹੜਾ ਗਿਆਨ ਹੈ ਉਹ ਮਨੁੱਖ ਦੀਆਂ ਜਿਹੜੀਆਂ ਗਿਆਨ ਇੰਦਰੀਆਂ ਨੇ ਉਹਦੇ ਨਾਲ ਪ੍ਰਾਪਤ ਕੀਤੇ ਗਿਆਨ ਦੇ ਮੁਕਾਬਲੇ ਜ਼ਿਆਦਾ ਵਧੀਆ ਹੋਏਗਾ ਤੇ ਜ਼ਿਆਦਾ ਦੇਰ ਤੱਕ ਯਾਦ ਰਹੇਗਾ ਵੈਲਿਡ ਹੋਏਗਾ ਉਹ ਗਿਆਨ ਕਿਉਂਕਿ ਦੇਖੋ ਕਈ ਵਾਰ ਅਸੀਂ ਅੱਖਾਂ ਨਾਲ ਕੁਝ ਦੇਖਦੇ ਹਾਂ ਤਾਂ ਉਹ ਸਾਰਾ ਚੀਜ਼ ਗਲਤ ਹੋਵੇ ਜਾਂ ਅਸੀਂ ਕੰਨਾਂ ਨਾਲ ਸੁਣਦੇ ਹਾਂ ਤਾਂ ਉਹ ਚੀਜ਼ ਕਈ ਵਾਰ ਸੁਣ ਹੀ ਗਲਤ ਵੀ ਹੋ ਸਕਦੀ ਹੈ ਇਸ ਕਰਕੇ ਜਿਹੜਾ ਜੋ ਆਪਣਾ ਮਨ ਹੈ ਜੇ ਤੁਸੀਂ ਉਹਦੇ ਨਾਲ ਕੰਮ ਕਰਦੇ ਆ ਉਹਦੇ ਨਾਲ ਅਸੀਂ ਕੋਈ ਵੀ ਨੌਲੇਜ ਗੇਨ ਕਰਦੇ ਆ ਤਾਂ ਉਹ ਜ਼ਿਆਦਾ ਵੈਲਿਡ ਹੋਏਗੀ ਨੈਕਸਟ ਹੈ ਸੰਪੂਰਨ ਵਿਸ਼ਵ ਦੇ ਦੋ ਰੂਪ ਟੂ ਫਾਰਮਸ ਆਫ ਹੋਲ ਵਰਲਡ ਹੁਣ ਆਈਡੀਆਲਿਜ਼ਮ ਦੇ ਅਕੋਰਡਿੰਗ ਕੀ ਹੈ ਕਿ ਇਹ ਜਿਹੜਾ ਪੂਰਾ ਵਰਲਡ ਹੈ ਇਹਦੀਆਂ ਦੋ ਟਾਈਪਸ ਨੇ ਇੱਕ ਹੈ ਪਦਾਰਥਵਾਦੀ ਸੰਸਾਰ ਮੀਨਸ ਮਟੀਰੀਅਲਿਸਟਿਕ ਵਰਲਡ ਤੇ ਦੂਸਰਾ ਹੈ ਆਤਮਿਕ ਜਾਂ ਅਧਿਆਤਮਵਾਦੀ ਮੀਨਸ ਸਪਿਰਚੁਅਲ ਵਰਲਡ ਹੁਣ ਜਿਹੜੇ ਆਦਰਸ਼ਵਾਦੀ ਨੇ ਉਹਨਾਂ ਦੇ ਅਨੁਸਾਰ ਜਿਹੜਾ ਆਤਮਿਕ ਸੰਸਾਰ ਹੈ ਉਹ ਵਾਸਤਵਿਕ ਹੈ। ਮੀਨ ਜਿਹੜਾ ਸਪਿਰਚੁਅਲ ਵਰਲਡ ਹੈ ਉਹ ਕੀ ਹੈ ਰਿਐਲਿਟੀ ਹੈ ਤੇ ਅੰਤਿਮ ਸੱਚ ਹੈ। ਤੇ ਜਿਹੜਾ ਪਦਾਰਥਵਾਦੀ ਸੰਸਾਰ ਹੈ ਉਹ ਨੈਤਿਕ ਹੈ। ਤੇ ਇਹਦੇ ਵਿੱਚ ਦੇਖੋ ਡੈਫੀਨੇਸ਼ਨ ਵੀ ਤੁਹਾਨੂੰ ਮੈਂ ਸ਼ੋਅ ਕਰ ਰਹੀ ਹਾਂ। ਹਾਰਨ ਨੇ ਕੀ ਕਿਹਾ? ਕਿ ਆਦਰਸ਼ਵਾਦ ਇਸ ਗੱਲ ਨੂੰ ਮੰਨਦਾ ਹੈ ਕਿ ਵਿਸ਼ੇ ਦਾ ਜਿਹੜਾ ਕਰਮ ਹੈ ਉਹ ਅਮਰ ਅਤੇ ਆਤਮਿਕ ਵਾਸਤਵਿਕਤਾ ਦੀ ਜਗ੍ਹਾ ਅਤੇ ਸਮੇਂ ਦੇ ਦਾ ਦੌਰਾਨ ਪ੍ਰਗਟਾਵੇ ਦਾ ਕਾਰਨ ਹੁੰਦਾ ਹੈ। ਮੈਂ ਜਿਹੜੇ ਅਸੀਂ ਗੱਲ ਕਰਦੇ ਆਂ ਵੀ ਨੈਤਿਕ ਠੀਕ ਹੈ ਜੀ ਜਿਹੜਾ ਪਦਾਰਥਵਾਦੀ ਸੰਸਾਰ ਹੈ ਮਟੀਰੀਅਲਿਸਟਿਕ ਵਰਲਡ ਹੈ ਉਹ ਨੈਤਿਕ ਹੈ ਹੁਣ ਉਹਦੇ ਚ ਜਿਹੜਾ ਵਿਅਕਤੀ ਉਹਨੂੰ ਜਿੰਨੀਆਂ ਇਛਾਵਾਂ ਹੋਣਗੀਆਂ ਉਹਦੇ ਅਕੋਰਡਿੰਗ ਉਹ ਜਿਹੜਾ ਆਪਣੇ ਪਦਾਰਥ ਨੂੰ ਨਹੀਂ ਇਕੱਠੇ ਕਰਦਾ ਜਾਏਗਾ ਨੈਕਸਟ ਹੈ ਮਨੁੱਖ ਆਤਮਿਕ ਜੀਵ ਹੈ ਮੈਨ ਇਜ਼ ਸਪਿਰਚੁਅਲ ਬੀਇੰਗ ਹੁਣ ਆਦਰਸ਼ਵਾਦ ਦੇ ਅਕੋਰਡਿੰਗ ਜਿਹੜਾ ਮਨੁੱਖ ਹੈ ਉਹ ਸਪਿਰਚੁਅਲ ਵੀ ਹੈ ਤੇ ਮਟੀਰੀਅਲਿਸਟਿਕ ਵੀ ਹੈ ਇਹ ਦੋਨੇ ਪੱਖਾਂ ਦਾ ਸੁਮੇਲ ਹੈ ਕਿਉਂਕਿ ਜਿਹੜਾ ਮਨੁੱਖ ਹੈ ਔਰ ਜਿੰਨੀ ਦੇਰ ਤੱਕ ਜਾਏਗਾ ਓਨੀ ਦੇਰ ਤੱਕ ਉਹਨੂੰ ਪਦਾਰਥਾਂ ਦੀ ਜਿਹੜੀ ਭੁੱਖ ਹੈ ਇੱਛਾ ਉਹ ਵੀ ਰਹੇਗੀ ਹੁਣ ਹਰੇਕ ਵਿਅਕਤੀ ਜਿਹੜਾ ਕੰਮ ਕਰਦਾ ਹੈ ਤਾਂ ਕੰਮ ਇਸ ਲਈ ਕਰ ਰਿਹਾ ਤਾਂ ਜੋ ਜਿਹੜੇ ਉਹ ਹੋਰ ਪਦਾਰਥ ਨੇ ਇਕੱਠੇ ਕਰ ਸਕੇ ਮੀਨ ਜ ਹੋਰ ਜਿਹੜੇ ਫੈਸਿਲਿਟੀਆਂ ਨੂੰ ਇਕੱਠੇ ਕਰ ਸਕੇ ਹਰੇਕ ਜਿਹੜਾ ਹਿਊਮਨ ਬੀਿੰਗ ਮਟੀਰੀਅਲਿਸਟਿਕ ਹੈ ਹੁਣ ਜਿਹਦੇ ਵਿੱਚ ਜਿਹੜਾ ਮਨੁੱਖੀ ਜੀਵ ਦੀਆਂ ਮੁੱਖ ਜ਼ਰੂਰਤਾਂ ਹੋ ਗਈਆਂ ਤਾਂ ਉਹ ਉਹਨਾਂ ਨੂੰ ਪੂਰਾ ਕਰਨ ਦੇ ਲਈ ਜਿਹੜੇ ਯਤਨ ਨੇ ਉਹ ਕਰਦਾ ਹੈ ਹੁਣ ਜਿਹੜੇ ਆਦਰਸ਼ਵਾਦੀ ਨੇ ਉਹਨਾਂ ਦੇ ਅਨੁਸਾਰ ਦਿਮਾਗ ਜਾਂ ਆਤਮਾ ਜ਼ਰੂਰੀ ਅੰਗ ਹੈ ਤੇ ਜਿਹੜਾ ਮਨ ਆ ਉਹ ਸਿਰਫ ਦਿਮਾਗ ਤੇ ਇਸ ਦੀ ਕਿਰਿਆਸ਼ੀਲਤਾ ਹੀ ਨਹੀਂ ਹੁੰਦੀ ਬਲਕਿ ਇਹ ਖੁਦ ਇੱਕ વાસ્તਵਿਕ ਵਸਤੂ ਹੈ ਹੁਣ ਮਨ ਕੀ ਹੈ ਸਿਰਫ ਦਿਮਾਗ ਤੇ ਇਹਦੀ ਕਿਰਿਆਸ਼ੀਲਤਾ ਹੀ ਨਹੀਂ ਹੁੰਦੀ ਸਗੋਂ ਇਹ ਆਪਣੇ ਆਪ ਦੇ ਵਿੱਚ ਇੱਕ ਰੀਅਲ ਚੀਜ਼ ਹੈ ਇਸ ਦੇ ਨਾਲ ਜਿਹੜਾ ਮਨੁੱਖ ਦਾ ਆਤਮਿਕ ਸੁਭਾਅ ਹੈ ਉਸ ਨੂੰ ਪਰਮਾਤਮਾ ਦੁਆਰਾ ਬਣਾਏ ਗਏ ਜਿਹੜੇ ਹੋਰ ਜੀਵ ਨੇ ਉਹਨਾਂ ਨਾਲੋਂ ਵੱਖ ਕਰਦਾ ਹੈ ਹੁਣ ਦੇਖੋ ਮਨੁੱਖ ਦਾ ਜਿਹੜਾ ਆਤਮਿਕ ਸੁਭਾਅ ਹੈ ਉਹ ਬਾਕੀ ਜੀਵਾਂ ਨਾਲੋਂ ਬਾਕੀ ਜਿਹੜੇ ਜਾਨਵਰ ਨੇ ਬਰਡਸ ਨੇ ਸਾਰਿਆਂ ਨਾਲੋਂ ਡਿਫਰੈਂਟ ਹੈ ਨੈਕਸਟ ਹੈ ਸ਼ਖਸੀਅਤ ਵਿਕਾਸ ਦੀ ਮਹੱਤਤਾ ਇੰਪੋਰਟੈਂਸ ਆਫ ਪਰਸਨਲਿਟੀ ਡਵੈਲਪਮੈਂਟ ਆਦਰਸ਼ਵਾਦ ਦੇ ਵਿੱਚ ਕੀ ਵੀ ਹਰੇਕ ਵਿਅਕਤੀ ਦੀ ਜਿਹੜੀ ਸਵੈ ਦੀ ਮੀਨਸ ਆਪਣੇ ਆਪ ਦੀ ਜਿਹੜੀ ਬਹੁਤ ਮਹੱਤਤਾ ਦਰਸਾਈ ਗਈ ਹੈ ਇਸ ਲਈ ਜਿਹੜਾ ਆਈਡੀਅਲਿਜ਼ਮ ਹੈ ਉਹਦੇ ਅਨੁਸਾਰ ਹਰੇਕ ਵਿਅਕਤੀ ਦੇ ਜਿਹੜੇ ਸਵੈ ਭਾਵ ਨੇ ਮੀਨਸ ਜਿਹੜੇ ਉਹਦੇ ਆਪਣੇ ਆਈਡੀਆਜ਼ ਨੇ ਉਹ ਉਹਦੀ ਜਿਹੜੀ ਪਰਸਨਲਿਟੀ ਹੈ ਉਹਦੀ ਕੰਪਲੀਟ ਡਵੈਲਪਮੈਂਟ ਨੂੰ ਦਰਸਾਉਂਦੇ ਨੇ ਕਿਉਂਕਿ ਇੱਕ ਜਿਹੜਾ ਵਿਅਕਤੀ ਹੈ ਉਹਦੀ ਜਿਹੜੀ ਡਵੈਲਪਮੈਂਟ ਹੈ ਭਾਵੇਂ ਦੀ ਪਰਸਨੈਲਿਟੀ ਦੀ ਗੱਲ ਕਰੀਏ ਭਾਵੇਂ ਕਿਸੇ ਹੋਰ ਤਰ੍ਹਾਂ ਦੀ ਡਵੈਲਪਮੈਂਟ ਦੀ ਤਾਂ ਜਿਹੜੇ ਉਹਦੇ ਵਿਚਾਰ ਨੇ ਉਹਨਾਂ ਦੇ ਅਕੋਰਡਿੰਗ ਹੀ ਹੋਏਗੀ ਇਸ ਸੰਸਾਰ ਜਿਹੜੀ ਪਰਸਨੈਲਿਟੀ ਉਹਦੇ ਡਵੈਲਪਮੈਂਟ ਦਾ ਭਾਵ ਜਿਹੜੀ ਉਹਦੀ ਉਹਦੇ ਕੋਲ ਕੰਪਲੀਟਨੈਸ ਆ ਜਾਂਦੀ ਹੈ ਸੰਪੂਰਨਤਾ ਆ ਜਾਂਦੀ ਹੈ ਕਿਸੇ ਚੀਜ਼ ਦੀ ਸੰਪੂਰਨਤਾ ਕਿ ਜਿਹੜਾ ਵਿਅਕਤੀ ਹੈ ਉਹ ਆਪਣੇ ਆਪ ਨੂੰ ਸਹੀ ਮਹਿਸੂਸ ਕਰਦਾ ਹੈ ਕਿ ਮੇਰੀ ਜਿਹੜੀ ਡਵੈਲਪਮੈਂਟ ਆ ਉਹ ਹੋ ਚੁੱਕੀ ਕਿਉਂਕਿ ਇਹਦੇ ਵਿੱਚ ਜਿਹੜੇ ਵਿਅਕਤੀ ਦੇ ਆਈਡੀਆਜ਼ ਹੋਣਗੇ ਉਹਦੇ ਅਕੋਰਡਿੰਗ ਹੀ ਜਿਹੜੀ ਉਹਦੀ ਡਵੈਲਪਮੈਂਟ ਹੈ ਪਰਸਨੈਲਿਟੀ ਦੀ ਉਹ ਹੋਏਗੀ ਨੈਕਸਟ ਹੈ ਵਿਚਾਰ ਅਤੇ ਮੂਲ ਪਦਾਰਥਵਾਦੀ ਸੰਸਾਰ ਦੇ ਮੁਕਾਬਲੇ ਸੁਪੀਰੀਅਰ ਹਨ ਮੀਨ ਜਿਹੜੇ ਆਈਡੀਆਜ਼ ਨੇ ਤੇ ਵੈਲਿਊਜ਼ ਨੇ ਦੋਜ਼ ਆਰ ਸੁਪੀਰੀਅਰ ਦੈਨ ਦਾ ਮੈਟੀਰੀਅਲਿਸਟਿਕ ਵਰਲਡ ਹੁਣ ਜਿਹੜੇ ਆਦਰਸ਼ਵਾਦੀ ਨੇ ਉਹਨਾਂ ਦਾ ਕੀ ਵਿਚਾਰ ਹੈ ਕਿ ਜਿਹੜੇ ਉੱਚ ਪੱਧਰੀ ਮੁੱਲ ਨੇ ਉਹ ਮਨੁੱਖ ਦੁਆਰਾ ਨਹੀਂ ਬਣਾਏ ਜਾਂਦੇ ਜਿਹੜੀਆਂ ਹਾਈ ਲੈਵਲ ਦੀਆਂ ਵੈਲਿਊਜ਼ ਨੇ ਉਹ ਉਹਨੂੰ ਹਿਊਮਨ ਬੀਇੰਗ ਨਹੀਂ ਬਣਾਉਂਦਾ ਅਤੇ ਇਹ ਮਨੁੱਖੀ ਜੀਵਨ ਵਿੱਚ ਸ਼ਾਮਿਲ ਹੋ ਕੇ ਜੀਵਨ ਨੂੰ ਅਰਥਪਰਪੂਰ ਬਣਾ ਦਿੰਦੇ ਨੇ ਬਟ ਜਦੋਂ ਇਹ ਵੈਲਿਊਜ਼ ਕਿਸੇ ਵੀ ਵਿਅਕਤੀ ਦੀ ਪਰਸਨੈਲਿਟੀ ਦੇ ਵਿੱਚ ਐਡ ਹੋ ਜਾਂਦੀਆਂ ਨੇ ਤਾਂ ਉਹਦੀ ਜਿਹੜੀ ਲਾਈਫ ਹੈ ਉਹ मीनिंगफुल ਹੋ ਜਾਂਦੀ ਹੈ। ਮੀਨ ਜਿ ਉਹ ਇੱਕ ਜਿਹੜਾ ਵਧੀਆ ਇਨਸਾਨ ਆ ਉਹ ਬਣ ਜਾਂਦਾ ਹੈ। ਉਹਨਾਂ ਅਨੁਸਾਰ ਦਿਮਾਗ ਤੇ ਆਤਮਾ ਦਾ ਗਿਆਨ ਸਿਰਫ ਆਦਰਸ਼ਾਂ ਜਾਂ ਵਿਚਾਰਾਂ ਜਾਂ ਮੁੱਲਾਂ ਦੇ ਰਾਹੀਂ ਹੀ ਹੋ ਸਕਦਾ ਹੈ। ਮੀਨ ਜੇ ਅਸੀਂ ਦਿਮਾਗ ਤੇ ਆਤਮਾ ਦੇ ਗਿਆਨ ਦੀ ਗੱਲ ਕਰੀਏ ਤਾਂ ਸਾਨੂੰ ਕਿਵੇਂ ਹੋ ਸਕਦਾ ਹੋ ਜਿਹੜੇ ਸਾਡੇ ਆਈਡੀਅਲਸ ਨੇ ਸਾਡੇ ਵਿਚਾਰ ਨੇ ਜਿਹੜੀਆਂ ਸਾਡੇ ਕੋਲ ਵੈਲਿਊਜ਼ ਨੇ ਉਹਨਾਂ ਦੇ ਅਕੋਰਡਿੰਗ ਹੋ ਸਕਦਾ ਹੈ। ਜੋ ਇਸ ਦੀ ਸਿਰਫ ਜਿਹੜੀ ਮਹੱਤਤਾ ਇੰਪੋਰਟੈਂਸ ਹੈ ਉਸੇ ਨੂੰ ਦੱਸਦੇ ਨੇ। ਇਹ ਪਰਮਾਤਮਾ ਦੁਆਰਾ ਮਨੁੱਖ ਜਾਤੀ ਲਈ ਪੂਰਵ ਹੀ ਮੌਜੂਦ ਹਨ ਮੀਨ ਜਿਹੜੀਆਂ ਵੈਲਿਊਜ਼ ਨੇ ਤੇ ਜਿਹੜੇ ਵਿਚਾਰ ਨੇ ਉਹ ਸਾਰੇ ਪਹਿਲਾਂ ਹੀ ਮੌਜੂਦ ਨੇ ਤੇ ਮੌਜੂਦ ਕਿਸ ਦੇ ਦੁਆਰਾ ਕੀਤੇ ਗਏ ਨੇ ਬਣਾਏ ਕਿਸ ਦੇ ਦੁਆਰ ਗਏ ਨੇ ਪਰਮਾਤਮਾ ਦੁਆਰਾ ਤੇ ਮਨੁੱਖ ਦਾ ਅਸਲ ਉਦੇਸ਼ ਕੀ ਹੈ ਇਹਨਾਂ ਮੁੱਲਾਂ ਦੀ ਪ੍ਰਾਪਤੀ ਕਰਨਾ ਹੀ ਹੋਣਾ ਚਾਹੀਦਾ ਹੈ ਤੇ ਜਦੋਂ ਅਸੀਂ ਇਹਨਾਂ ਮੁੱਲਾਂ ਨੂੰ ਪ੍ਰਾਪਤ ਕਰਾਂਗੇ ਕਦੋਂ ਪ੍ਰਾਪਤ ਕਰ ਸਕਦੇ ਹਾਂ ਜਦੋਂ ਸਾਨੂੰ ਜਿਹੜਾ ਪਰਮਾਤਮਾ ਹੈ ਉਹਦਾ ਅਹਿਸਾਸ ਹੋਏਗਾ ਤੇ ਜਦੋਂ ਅਸੀਂ ਸੋਚਾਂਗੇ ਕਿ ਪਰਮਾਤਮਾ ਦੇਖ ਰਿਹਾ ਇਹ ਚੰਗਾ ਇਹ ਮਾੜਾ ਉਦੇ ਅਕੋਰਡਿੰਗ ਜਿਹੜੀ ਵਿਚਾਰ ਨੇ ਉਹ ਵਿਅਕਤੀ ਦੇ ਬਣਨਗੇ ਤੇ ਉਹਦੇ ਅਕੋਰਡਿੰਗ ਜਿਹੜੇ ਵੈਲਿਊਜ਼ ਨੇ ਉਹ ਗੇਨ ਕਰੇਗਾ ਨੈਕਸਟ ਇੰਪੋਰਟੈਂਸ ਆਫ ਮੈਨ ਓਵਰ ਨੇਚਰ ਮਨੁੱਖ ਦੀ ਪ੍ਰਕਿਰਤੀ ਦੇ ਉੱਪਰ ਮਹੱਤਤਾ ਹੁਣ ਆਈਡੀਅਲਿਜ਼ਮ ਦੇ ਅਕੋਰਡਿੰਗ ਇਹ ਵੀ ਜਿਹੜਾ ਪਦਾਰਥਵਾਦੀ ਕੁਦਰਤ ਹੈ ਜਨ ਸੰਸਾਰ ਹੈ ਮਟੀਰੀਅਲਿਸਟਿਕ ਵਰਲਡ ਹੈ ਉਹਦਾ ਕੰਪੈਰੀਟਿਵ ਜਿਹੜਾ ਹਿਊਮਨ ਬੀਇੰਗ ਹੈ ਮਨੁੱਖ ਹੈ ਉਹ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਜਿਹੜਾ ਮਨੁੱਖ ਹੈ ਉਹ ਹੀ ਇਹਨਾਂ ਪਦਾਰਥਵਾਦੀ ਵਸਤੂਆਂ ਦੇ ਪ੍ਰਕਿਰਿਆਵਾਂ ਬਾਰੇ ਸੋਚ ਸਕਦਾ ਹੈ ਤੇ ਅਨੁਭਵ ਕਰ ਸਕਦਾ ਹੈ ਹੁਣ ਇੱਕ ਜਿਹੜਾ ਹਿਊਮਨ ਬੀਿੰਗ ਆ ਉਹ ਹੀ ਸਾਰੀਆਂ ਚੀਜ਼ਾਂ ਬਾਰੇ ਸੋਚਦਾ ਸਾਰੇ ਪਦਾਰਥਾਂ ਬਾਰੇ ਸੋਚਦਾ ਇਸ ਕਰਕੇ ਜਿਹੜਾ ਮਨੁੱਖ ਆ ਉਹ ਜਿਆਦਾ ਇੰਪੋਰਟੈਂਟ ਹੈ ਮਨੁੱਖ ਦੇ ਵਿੱਚ ਬੁੱਧੀਮਤਾ ਗੁਣ ਤੇ ਬਖਰੇਵਾ ਕਰਨ ਦਾ ਢੰਗ ਹੁੰਦਾ ਹੁਣ ਇਕੱਲਾ ਹਿਊਮਨ ਬੀਿੰਗ ਆ ਜਿਹਦੇ ਵਿੱਚ ਅਸੀਂ ਕਹਿੰਦੇ ਵੀ ਇਹਦੀ ਮੈਂਟਲ ਪਾਵਰ ਜਿਆਦਾ ਹੈ ਉਹਦਾ ਇੰਟੈਲੈਕਚੁਅਲ ਲੈਵਲ ਵੱਧ ਹੈ ਇਹਦੇ ਕੋਲ ਇਹ ਗੁਣ ਹੈ ਤੇ ਉਹ ਚੀਜ਼ਾਂ ਨੂੰ ਡਿਫਰੈਂਸ਼ੀਏਟ ਕਰ ਸਕਦਾ ਕਿ ਕਿਹੜੀ ਚੀਜ਼ ਚੰਗੀ ਆ ਕਿਹੜੀ ਮਾੜੀ ਆ ਕਿਹੜੀ ਉਹਦੇ ਲਈ ਵਧੀਆ ਹੈ ਕਿਹੜੀ ਚੀਜ਼ ਨੂੰ ਉਹਨੇ ਪਹਿਲਾਂ ਪ੍ਰਾਪਤ ਕਰਨਾ ਤੇ ਕਿਹੜੀ ਨੂੰ ਬਾਅਦ ਦੇ ਆਮ ਸ਼ਬਦਾਂ ਵਿੱਚ ਉਹ ਆਪਣਾ ਚੰਗਿਆਈ ਦਾ ਸੰਸਾਰ ਬਣਾਉਂਦਾ ਹੈ ਤੇ ਉਸ ਦੀ ਜਿਹੜੀ ਕਲਾਕਾਰੀ ਹੈ ਉਹ ਕਈ ਖੇਤਰਾਂ ਵਿੱਚ ਕਲਾ ਦਾ ਉੱਚੇ ਤੋਂ ਉੱਚਾ ਜਿਹੜਾ ਪੱਧਰ ਆਹੋ ਪ੍ਰਾਪਤ ਕਰਦੀ ਹੈ ਨੈਕਸਟ ਹੈ ਆਤਮਿਕ ਮੁੱਲਾਂ ਵਿੱਚ ਵਿਸ਼ਵਾਸ ਫੇਥ ਇਨ ਸਪਿਰਚੁਅਲ ਵੈਲਿਊਜ਼ ਹੁਣ ਜਿਹੜੇ ਆਦਰਸ਼ਵਾਦੀ ਨੇ ਉਹਨਾਂ ਦੇ ਅਨੁਸਾਰ ਜਿਹੜੇ ਸਥਾਈ ਸਥਾਈ ਮੀਨਸ ਪਰਮਨੈਂਟ ਪਰਮਨੈਂਟ ਜਿਹੜੀਆਂ ਸਪਿਰਚੁਅਲ ਵੈਲਿਊਜ਼ ਨੇ ਉਹ ਕਿਹੜੀਆਂ ਨੇ ਸੱਚ ਸੁੰਦਰਤਾ ਤੇ ਚੰਗਿਆਈ ਹੁਣ ਸੱਚ ਸੁੰਦਰਤਾ ਤੇ ਚੰਗਿਆਈ ਮਿੰਜ ਸਤਿਅਮ ਸ਼ਿਵਮ ਸੁੰਦਰਮ ਇਹਨੇ ਤੇ ਇਹਨਾਂ ਦਾ ਜਿਹੜਾ ਅਹਿਸਾਸ ਹੈ ਉਹੀ ਆਤਮਾ ਦਾ ਅਹਿਸਾਸ ਹੈ ਜੇਕਰ ਹੋਣਾ ਸੀ ਕਿਸੇ ਚੀਜ਼ ਬਾਰੇ ਮੰਨਿਆ ਕਿ ਇਹ ਸੱਚ ਹੈ ਇਹ ਸੁੰਦਰਤਾ ਹੈ ਚੰਗਿਆਈ ਹੈ ਤਾਂ ਦਾ ਮਤਲਬ ਕਿ ਇਹ ਸਾਨੂੰ ਜਿਹੜੀ ਸਾਡੀ ਆਤਮਾ ਹੈ ਉਹ ਅਹਿਸਾਸ ਕਰਾ ਰਹੀ ਹੈ ਕਿ ਹਾਂ ਇਹ ਚੀਜ਼ ਸਹੀ ਹੈ ਇਸ ਲਈ ਜਿਹੜਾ ਮਨੁੱਖੀ ਜੀਵਨ ਦਾ ਮੁੱਖ ਉਦੇਸ਼ ਕੀ ਹੈ ਵੀ ਇਹਨਾਂ ਜਿਹੜੇ ਆਤਮਿਕ ਮੁੱਲ ਨੇ ਜਿੰਨਾਂ ਅਸੀਂ ਹੁਣ ਗੱਲ ਕੀਤੀ ਸੀ ਸੱਚ ਸੁੰਦਰਤਾ ਤੇ ਚੰਗਿਆਈ ਇਹਨਾਂ ਦੀ ਪ੍ਰਾਪਤੀ ਕਰਨਾ ਹੋਣਾ ਚਾਹੀਦਾ ਹੈ ਤੇ ਇਹ ਜਿਹੜੇ ਮੁੱਲ ਨੇ ਜਦੋਂ ਅਸੀਂ ਪ੍ਰਾਪਤ ਕਰਨੇ ਨੇ ਤਾਂ ਉਹਦੇ ਲਈ ਮਨੁੱਖ ਦੀਆਂ ਸਮਰੱਥਾਵਾਂ ਨੂੰ ਜਾਣਨਾ ਮਹਿਸੂਸ ਕਰਨਾ ਤੇ ਇੱਛਾ ਕਰਨੀ ਵੀ ਹੋਣੀ ਚਾਹੀਦੀ ਹੈ ਨੇ ਕਿਉਂਕਿ ਅਸੀਂ ਕਿਸੇ ਚੀਜ਼ ਬਾਰੇ ਉਹਦੋਂ ਸੋਚਦੇ ਹਾਂ ਜਦੋਂ ਸਾਡੇ ਕੋਲ ਉਹਦੇ ਬਾਰੇ ਸੋਚਣ ਦੀ ਸਮਰੱਥਾ ਹੋਏਗੀ ਜਦੋਂ ਅਸੀਂ ਉਹਨੂੰ ਮਹਿਸੂਸ ਕਰਾਂਗੇ ਤੇ ਜਦੋਂ ਅਸੀਂ ਉਹਦੇ ਬਾਰੇ ਇੱਛਾ ਰੱਖਾਂਗੇ ਕਿ ਇਹ ਚੀਜ਼ ਸਾਨੂੰ ਪ੍ਰਾਪਤ ਹੋਵੇ ਨੈਕਸਟ ਹੈ ਅਨੇਕਤਾ ਵਿੱਚ ਇਕਤਾ ਦੀ ਮਦਦ ਸਪੋਰਟ ਟੂ ਯੂਨਿਟੀ ਇਨ ਡਾਈਵਰਸਿਟੀ ਹੁਣ ਜਿਹੜੇ ਆਦਰਸ਼ਵਾਦੀ ਨੇ ਉਹਨਾਂ ਨੇ ਕੀ ਕਿਹਾ ਵੀ ਅਨੇਕਤਾ ਦੇ ਵਿੱਚ ਇਕਤਾ ਇਸ ਸਿਧਾਂਤ ਨੂੰ ਉਹ ਮੰਨਦੇ ਨੇ ਉਹਨਾਂ ਅਨੁਸਾਰ ਸਾਰੇ ਜਿਹੜੇ ਭਿੰਨਤਾਵਾਂ ਨੇ ਮੀਨ ਜਿੰਨੇ ਵੀ ਸਾਰੇ ਡਿਫਰੈਂਸ ਨੇ ਉਹਨਾਂ ਦੇ ਵਿਚਲੀ ਅਸਪਸ਼ਟਤਾ ਮੀਨ ਜਿਹੜੀ ਗੱਲ ਸਾਨੂੰ ਕਲੀਅਰ ਨਹੀਂ ਹੁੰਦੀ ਜ਼ਰੂਰੀ ਤੌਰ ਤੇ ਇੱਕੀਕ੍ਰਿਤ ਹੁੰਦੀ ਹੈ ਮੀਨਸ ਉਹਦੇ ਨਾਲ ਉਹ ਜੁੜੀ ਹੋਈ ਹੁੰਦੀ ਹੈ ਹੁਣ ਜਿਵੇਂ ਕਿ ਸਿੱਖਿਆ ਦੀ ਜਿਹੜੀ ਆਦਰਸ਼ਵਾਦੀ ਦਾਰਸ਼ਨਿਕਤਾ ਉਹ ਹੁੰਦੀ ਹੈ ਜਿਦੇ ਵਿੱਚ ਇੱਕ ਜਿਹੜਾ ਵਿਅਕਤੀ ਖੁਦ ਨੂੰ ਦਿਮਾਗ ਦੇ ਬ੍ਰਹਿਮੰਡ ਦਾ ਇੱਕ ਜਿਹੜਾ ਇੱਕੀਕ੍ਰਿਤ ਹਿੱਸਾ ਉਹ ਮਹਿਸੂਸ ਕਰਦਾ ਮੀਨ ਜਿਹੜਾ ਆਪਣੇ ਆਪ ਨੂੰ ਉਹਦੇ ਨਾਲ ਜੁੜਿਆ ਮਹਿਸੂਸ ਕਰਦਾ ਹੁਣ ਜਿੰਨੇ ਵੀ ਵਿਚਾਰ ਨੇ ਤੇ ਉਦੇਸ਼ ਨੇ ਉਹ ਹੋਂਦ ਦੀ ਸਚਾਈ ਨੇ ਮੀਨਜ਼ ਕੋਈ ਵੀ ਜਿਹੜਾ ਵਿਅਕਤੀ ਉਹ ਆਪਣੀ ਹੋਂਦ ਨੂੰ ਦਰਸਾਉਂਦਾ ਹੈ ਉਹ ਹੀ ਆਪਣੇ ਵਿਚਾਰ ਪੇਸ਼ ਕਰਦਾ ਹੈ ਉਹ ਹੀ ਆਪਣੇ ਜਿਹੜੇ ਉਦੇਸ਼ ਨੇ ਉਹ ਦੱਸਦਾ ਹੈ ਹੁਣ ਜਿਹੜਾ ਮਨੁੱਖੀ ਸਰੀਰ ਹੈ ਝੂਠ ਹੈ ਕਿਉਂਕਿ ਇਹ ਮੋਡਲ ਹੈ ਇਹ ਨਸ਼ਟ ਹੋ ਜਾਏਗਾ ਬਟ ਜਿਹੜੀ ਆਤਮਾ ਉਹ ਸੱਚ ਹੈ ਕਿਉਂਕਿ ਇਹ ਇਮੋਰਟਲ ਹੈ ਤੇ ਜਿਹੜੀ ਆਤਮਾ ਉਹਨੂੰ ਖਤਮ ਨਹੀਂ ਕੀਤਾ ਜਾ ਸਕਦਾ ਡੀਅਰ ਸਟੂਡੈਂਟਸ ਏਸੀ ਨੈਚੁਰਲਿਜ਼ਮ ਦੇ ਪ੍ਰਿੰਸੀਪਲਸ ਥੈਂਕਸ ਫॉर ਵਾਚਿੰਗ